ਪਤਾ ਸਰ ਜੀ ਤਾਂ ਪੰਜਾਬ ਪਟਵਾਰੀ ਦਾ ਪੇਪਰ ਆ ਰਿਹਾ 14 ਮਈ ਦਾ ਤਾਂ ਬੱਚਿਆਂ ਲਈ ਕੁਛ ਖਾਸ ਕਰ ਰਿਹਾ ਪੰਜਾਬ ਅੱਡਾ ਦੇਖੋ ਪੰਜਾਬ ਅੱਡਾ ਹਮੇਸ਼ਾ ਹੀ ਬੱਚਿਆਂ ਦੇ ਨਾਲ ਖੜਾ ਹੈ ਤੇ ਇਸ ਵਾਰ ਵੀ ਪਟਵਾਰੀ ਦੇ ਪੇਪਰ ਤੋਂ ਪਹਿਲਾਂ ਇੱਕ ਬਹੁਤ ਹੀ ਇੰਪੋਰਟੈਂਟ ਗਾਈਡੈਂਸ ਦਾ ਸੈਸ਼ਨ ਆ ਰਿਹਾ ਹੈ ਜਿਹਦੇ ਵਿੱਚ ਪੂਰੀ ਪੰਜਾਬ ਅੱਡਾ ਦੀ ਟੀਮ ਹੋਊਗੀ ਤੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਤੁਹਾਨੂੰ ਦੱਸਿਆ ਜਾਊਗਾ ਕਿ ਪੇਪਰ ਤੋਂ 10 ਦਿਨ ਪਹਿਲਾਂ ਕਿਵੇਂ ਪਲਾਨਿੰਗ ਕਰਨੀ ਆ ਪੇਪਰ ਵਾਲੇ ਦਿਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ ਇਗਜ਼ਾਮੀਨੇਸ਼ਨ ਸੈਂਟਰ 'ਚ ਜਾ ਕੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ ਤੇ ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਆ ਇਹ ਟੀਮ ਦੇਣ ਜਾ ਰਹੀ ਹੈ ਤੇ ਇਹ ਟੀਮ ਜਿਹੜੀ ਆ 29 ਅਪ੍ਰੈਲ ਨੂੰ ਸਵੇਰ ਨੂੰ 11 ਵਜੇ ਤੋਂ ਲੈ ਕੇ ਇੱਕ ਸੈਸ਼ਨ ਲੈ ਕੇ ਆ ਰਹੀ ਹੈ ਜਿਹੜਾ ਕਿ ਅੱਡਾ ਦੀ ਐਪ ਦੇ ਉੱਤੇ ਹੋਊਗਾ ਤੇ ਉਹਦੇ ਵਿੱਚ ਉਹੀ ਬੱਚੇ ਜਿਹੜੇ ਐਨਰੋਲ ਨੇ ਚਾਹੇ ਪਹਿਲਾਂ ਤੋਂ ਐਨਰੋਲ ਨੇ ਚਾਹੇ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਕਦੇ ਵੀ ਜਿਹੜੇ ਸਟੂਡੈਂਟ ਨੇ ਪਟਵਾਰੀ ਦਾ ਬੈਚ ਲਿਆ ਹੋਊਗਾ ਉਹ ਇਸ ਕਲਾਸ ਨੂੰ ਜ਼ਰੂਰ ਅਟੈਂਡ ਕਰਿਓ ਕਿਉਂਕਿ ਗੱਲ ਤੁਹਾਡੇ ਫਿਊਚਰ ਦੀ ਹੈ।